ਮੋਗਾ 'ਚ ਬੀਤੇ ਦਿਨੀ ਹੋਏ ਲਾਠੀਚਾਰਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ। ਦਰਅਸਲ ਵੀਰਵਾਰ ਨੂੰ ਹੋਏ ਲਾਠੀਚਾਰਜ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਦੀਆਂ ਰੈਲੀਆਂ ਦਾ ਵਿਰੋਧ ਕਿਸਾਨ ਨਹੀਂ ਸਗੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੋਗਾ ਦੇ ਵਿੱਚ ਵੀ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਆ ਮੋਗੇ 'ਚ ਜਿਹੜੇ ਜਿਨ੍ਹਾਂ ਨੇ ਕੱਲ ਰੋੜੇ ਮਾਰੇ ਗੱਡੀਆਂ ਤੋੜੀਆਂ, ਆ ਲਿਸਟ ਹੈ ਕਿਹੜੇ ਪਿੰਡ ਦੇ ਕਿਹੜੇ ਪਿੰਡ ਪਾਰਟੀ ਨਾਲ ਸੰਬੰਧ ਕਰਦੇ, ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਪਲੇਟਫਾਰਮ ਤੇ ਹੋ ਕੇ, ਮੈਂ ਹੈਰਾਨ ਹਾਂ, ਇੱਕ ਪਲੇਟਫਾਰਮ ਤੇ ਹੋ ਕੇ ਆ ਕਰ ਰਹੀ ਹੈ। ਪੰਜਾਬ ਦੀ ਕਿਸਾਨੀ ਵਾਸਤੇ ਆਪਣੀ ਜਾਨ ਕੁਰਬਾਨ ਕਰਨੀ ਪਈ, ਅਸੀਂ ਕਰਨ ਨੂੰ ਤਿਆਰ ਹਾਂ। ਲਾਠੀਚਾਰਜ ਅਕਾਲੀ ਦਲ ਨੇ ਕਰਾਇਆ, ਪੰਜਾਬ ਸਰਕਾਰ ਨੇ ਕੀਤਾ, ਲਾਠੀਚਾਰਜ ਪੰਜਾਬ ਸਰਕਾਰ ਨੇ ਕੀਤਾ। ਮੈਂ ਸਾਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ, ਜਿੱਥੇ ਕਹੋਗੇ ਇਹ ਹਫ਼ਤਾ ਜੋ ਸਵਾਲ ਜੋ ਸਾਨੂੰ ਪੁੱਛਣਾ, ਸਾਡੀ ਲੀਡਰਸ਼ਿਪ ਤਿਆਰ ਹੈ। ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਾ ਕਰੀਏ, ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰੱਖੀਏ, ਪੰਜਾਬ ਦੇ ਪਿੰਡਾਂ ਵਿੱਚ ਭਰਾਵਾਂ ਭਰਾਵਾਂ ਨੂੰ ਨਾ ਲੜਾਈਏ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਕੇ ਉੱਥੇ ਪੱਥਰ ਸਿੱਟਦੇ ਆ ਤੇ ਗੱਡੀਆਂ ਤੋੜਦੇ ਆ, ਸੋ ਅਸੀਂ ਨਹੀਂ ਚਾਹੁੰਦੇ ਅਮਨ ਸ਼ਾਂਤੀ ਹੋਏ। ਸੈਂਟਰ ਸਰਕਾਰ ਚਾਹੁੰਦੀ ਹੈ ਇੱਥੇ ਗਵਰਨਰ ਰੂਲ ਲੱਗੇ ਤੇ ਉਹ ਆਪਣੇ ਪੰਜਾਬੀਆਂ ਨੂੰ ਕੁੱਟਣ। ਉਹ ਜਿਹੜੀ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ, ਮੈਨੂੰ ਉਹਨੇ ਦਿਖਾਇਆ ਸੀ, ਉਹ ਫੈਬਰੀਕੇਟਡ ਹੈ। ਕੈਪਟਨ ਅਮਰਿੰਦਰ ਸਿੰਘ ਜਾਂਦੇ ਜਾਂਦੇ ਪੰਜਾਬ ਵਿੱਚ ਅੱਗ ਲਾਉਣਾ ਚਾਹੁੰਦਾ ਹੈ। ਅਸੀਂ ਆਪਣੇ ਤੇ ਪੱਥਰ ਝੱਲਣ ਨੂੰ ਤਿਆਰ ਹੈ, ਅਸੀਂ ਆਪਣੇ ਤੇ ਡਾਂਗਾ ਝੱਲਣ ਨੂੰ ਤਿਆਰ ਹੈ। ਜੇ ਕੋਈ ਇੱਥੇ ਵਾਇਲੈਂਸ ਹੋਊਗੀ, ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ। ਕੀ ਤੁਸੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਸਾਨ ਸੰਘਰਸ਼ ਦੇ ਮੋਢਿਆਂ ਤੇ ਬੰਦੂਕ ਨਾ ਚਲਾਏ? ਜੇ ਮੈਦਾਨੇ ਜੰਗ ਆਉਣਾ, ਜਨਤਾ ਵਿੱਚ ਜਾਏ। ਕਿਸਾਨ ਸੰਯੁਕਤ ਮੋਰਚੇ ਨੇ, ਮੈਂ ਵਧਾਈ ਦੇਣਾ ਚਾਹੁੰਦਾ ਲੀਡਰਸ਼ਿਪ ਨੇ, ਮੈਂ ਫਿਰ ਤੋਂ ਦੁਹਰਾ ਰਿਹਾ, ਲੀਡਰਸ਼ਿਪ ਨੇ ਆਹ ਪਾਰ ਭਰ ਕਿਹਾ ਕਿ ਜਿਹੜੇ ਪ੍ਰੋਟੈਸਟ ਕਰਦੇ ਆ, ਜਿਹੜੇ ਕੀਤੇ ਆ, ਉਹ ਸਾਡੇ ਝੰਡੇ ਲੈ ਕੇ ਮਗਰ ਕਾਂਗਰਸ ਦੇ ਆਉਂਦੇ ਆ। ਤੋ ਮੈਂ ਆਹੀ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ, ਸਾਰੀਆਂ ਪਾਰਟੀਆਂ ਨੂੰ, ਕਿ ਆਪਣੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਹੁਤ ਜ਼ਰੂਰੀ ਹੈ। ਤੁਸੀਂ ਯਾਦ ਕਰੋ 15 ਸਾਲ ਪੰਜਾਬ ਕਿਵੇਂ ਪਿੱਛੇ ਚਲਾ ਗਿਆ ਸੀ। ਉਹ ਜੇ ਹਾਲਾਤ ਪੰਜਾਬ 'ਚ ਨਹੀਂ ਆਉਣੇ ਚਾਹੀਦੇ, ਕਿਸੇ ਹਾਲਤ 'ਚ ਨਹੀਂ ਆਉਣੇ ਚਾਹੀਦੇ। ਸੈਂਟਰ ਸਰਕਾਰ ਚਾਹੁੰਦੀ ਹੈ ਇੱਥੇ ਗਵਰਨਰ ਰੂਲ ਲੱਗੇ ਅਤੇ ਉਹ ਆਪਣੇ ਪੰਜਾਬੀਆਂ ਨੂੰ ਕੁੱਟਣ, ਜਿਵੇਂ ਕਾਂਗਰਸ ਨੇ ਆਪਣਾ ਕੁੱਟਿਆ ਸੀ 15 ਸਾਲ, ਗਾਂਧੀ ਪਰਿਵਾਰ ਨੇ ਆਪਣਾ ਕੁੱਟਿਆ ਸੀ, ਉਹ ਜੀ ਚਾਹੁੰਦੀ ਹੈ। ਅਤੇ ਇਸ ਕਰਕੇ ਮੇਰਾ ਸਾਡੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੋਣ ਦੇ ਨਾਤੇ ਪੂਰਾ ਸਤਿਕਾਰ ਸਮੁੱਚੀ ਕਿਸਾਨ ਜਥੇਬੰਦੀਆਂ ਦੀ ਕਰਦੀ ਹੈ ਅਤੇ ਉਹਨਾਂ ਦਾ ਸੰਘਰਸ਼ ਨੂੰ ਕਰਦੀ ਹੈ ਅਤੇ ਕਿਸਾਨਾਂ ਦਾ ਕਰਦੀ ਹੈ, ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਹੈ। ਪਰ ਅਸੀਂ ਬੇਨਤੀ ਕਰਦੇ ਹਾਂ ਕਾਂਗਰਸ ਦੇ ਉਹਨਾਂ ਦੇ ਜਿਹੜੇ ਗੁੰਡੇ ਰੱਖੇ ਹੈ ਕਿ ਉਹ ਟਕਰਾਓ ਨਾ ਕਰਨ, ਕਿਉਂਕਿ ਲਗਾਤਾਰ ਉਹ ਟਕਰਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਤੋ ਮੈਂ ਆਹੀ ਅਪੀਲ ਫਿਰ ਤੋਂ ਕਰਦਾ ਕਿ ਪੰਜਾਬ ਨੂੰ ਬਚਾਈਏ। ਅਤੇ ਇਸ ਕਰਕੇ ਮੈਂ ਫਿਰ ਤੋਂ ਕਹਿੰਦਾ 6 ਦਿਨ ਵਾਸਤੇ ਅਸੀਂ ਆਪਣਾ ਪੋਸਟਪੋਨ ਕਰ ਰਹੇ ਹਾਂ। ਜਿੱਥੇ ਵੀ ਕੋਈ ਸੰਯੁਕਤ ਮੋਰਚੇ ਦੀ ਕੋਈ ਵੀ ਜਥੇਬੰਦੀ, ਕੋਈ ਵੀ ਲੀਡਰ ਸਾਡੇ ਸਾਨੂੰ ਇੱਥੇ ਕੰਟੈਕਟ ਕਰ ਸਕਦੇ ਹੈ ਅਤੇ ਸਾਡੀ ਟੀਮ ਉਹਨਾਂ ਨੂੰ ਸਪਸ਼ਟ ਜੋ ਸਵਾਲ ਪੁੱਛਣਾ ਚਾਹੁਣ ਅਸੀਂ ਕਰਾਂਗੇ, ਜਵਾਬ ਦੇਵਾਂਗੇ। 6-4 ਮਹੀਨੇ ਰਹਿ ਗਏ, ਚੋਣ ਪ੍ਰਚਾਰ ਤਾਂ ਸਾਲ ਪਹਿਲੇ ਸ਼ੁਰੂ ਹੁੰਦਾ, ਵੈਸਟ ਬੰਗਾਲ ਕਿੰਨੇ ਸਾਲ, 1 ਸਾਲ ਪਹਿਲੇ ਹੋਇਆ ਸੀ, ਅੱਜ ਤਾਂ ਮਤਲਬ ਹੁਣ ਤਾਂ ਕੋਈ ਦਿਨ ਹੀ ਰਹਿ ਗਏ। ਪ੍ਰੋਬਲਮ ਕੀ ਹੈ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਪੰਜਾਬ 'ਚ ਜਾ ਨਹੀਂ ਸਕਦੀ, ਤਾਂਹੀਓ ਚੁੱਪ ਕਰਕੇ ਬੈਠੇ ਹੈ। ਕਾਂਗਰਸ ਕਿਸ ਮੂੰਹ ਨਾਲ ਪੰਜਾਬ ਜਾਊਗੀ? ਕੋਈ MLA ਜਾ ਸਕਦਾ, ਮੰਤਰੀ ਇਹਨਾਂ ਜਾ ਸਕਦਾ, ਵੜ ਸਕਦਾ? ਕਿਉਂਕਿ ਉਹਨਾਂ ਕੀ ਆਮ ਆਦਮੀ ਪਾਰਟੀ ਵਾਲੇ ਜਾ ਸਕਦੇ ਹੈ? ਕਿਉਂਕਿ ਉਹ ਤਾਂ ਪੰਜਾਬ ਦੀ ਬਿਜਲੀ ਬੰਨਣਾ ਚਾਹੁੰਦੇ, ਸਾਡੇ ਥਰਮਲ ਪਲਾਂਟ ਬੰਦ ਕਰਨਾ ਚਾਹੁੰਦੇ ਆ ਪੰਜਾਬ। ਅਸੀਂ ਕੋਈ ਕੈਂਪੇਨ ਨਹੀਂ, ਮੈਂ ਜਦੋਂ ਗੱਲ ਕੀਤੀ ਗੱਲ ਪੰਜਾਬ ਦੀ ਸੁਣਨ ਵਾਸਤੇ, ਤੁਸੀਂ ਦੇਖਿਆ ਹੋਣਾ ਮੈਂ ਡਾਕਟਰਾਂ ਨੂੰ ਮਿਲ ਰਿਹਾ, ਮੈਂ ਵਕੀਲਾਂ ਨੂੰ ਮਿਲ ਰਿਹਾ, ਮੈਂ ਵਪਾਰੀਆਂ ਨੂੰ ਮਿਲ ਰਿਹਾ, ਮੈਂ ਜਿਹੜੇ ਆਪਣੇ ਸਟੂਡੈਂਟਸ ਨੂੰ ਮਿਲ ਰਿਹਾ, ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ
अगली सरकार जे सानू मौका दिंदे हो तो की होना चाहिए की तुसीं चाहुंदे हो। आ तो साडी हर पोलिटिकल पार्टी का राइट है कि लोगों दी गल सुनना, तो इस करके आ जिहड़ा प्रोग्राम है आ तो असी सुन के फिर असी उहदे बाद असी अपना चोन मैनीफेस्टो कढ़ना। मैं उही कहना चाहुंदा आ सेंटर सरकार की बहुत वड्डी साजिश है कि पंजाब विच पिंडां विच लड़ाई पा दिए, खाना जंगी करा दिए, ते किसान जो संयुक्त मोर्चे का संघर्ष है उन डीरेल करिए। ते आ मैं ताइयो बेनती करना चाहना सारे पंजाब के किसान भरावां नूं आ सचेत रहन, आ कांग्रेस की ते आ जिहड़ी आप ते जिहड़ी दिल्ली की सरकार की जिहड़ी कोशिश है उहदे विच ना आईए, क्योंकि वह चाहते हैं कि इत्थे पूरा बीजेपी का रूल इत्थे कराइए जिवें जम्मू कश्मीर च कीता। मैं उही कह रहा असी लोगों की गल सुन वास्ते मैदान च गए हैं। आ साडा असी डीरेल बिल्कुल नहीं, मैं हर स्टेज पर किसान संघर्ष की तारीफ करदा तो मैं अपने वर्करां हर स्टेज पर कहना कि किसान संघर्ष में जो योगदान जो संयुक्त मोर्चे का हुक्म होए वो तुसी पूरा डट के उन्हां साथ दिओ। सी मैं किसी इंडिविजुअल मैं उन्हां दी बड़ी रिस्पैक्ट करदा, बड़े संघर्ष में उन्होंने बहुत ज़्यादा वड्डा योगदान पाया। मैं इंडिविजुअल हर जवाब का किस कंटेक्सट क्या मैं उहदे बाद कोई जवाब नहीं देना चाहता। वो जिहड़ी वायरल की जा रही है वीडियो मैंने उन्हें दिखाया सी वो फैब्रिकेटेड है, कांग्रेस के ऑफिशियल पेज तो चल रही है फैब्रिकेटेड। मैं उही कह रहा हर साजिश चल रही है कि पंजाब विच भरावां भरावां नूं लड़ाई जाए। श्रोमणी अकाली दल तुसीं देखिया होना असी जिथे भी मैं गया 10 हल्कियां कवर कर लिया असी हाथ ही जोड़े है, तो असी अपने वर्करां नूं आई कहा कि हाथ जोड़ो जे कोई थोड़े ते अटैक भी करता हाथ जोड़ो। असी हाथ जोड़ जोड़ के तुसीं देखिया होना एक भी जगह पर काली वर्करां ने कुछ नहीं किया। जे गड्डियां टुटियां काली वर्करां नहीं टुटियां, किसी ने तोड़ियां नहीं। तो वही मैं कहना चाहना असी क्लीयर इंस्ट्रक्शन है कि असी बीजेपी की साजिश कांग्रेस सरकार साजिश नहीं होना। मैं उही कह रहा हूँ आ जिहड़ा विरोध है किसान संगठन नहीं कर रहे, तुसी आप देखो संयुक्त मोर्चे के लीडरशिप के अपने बयान है उन्होंने किया है कि आ जिहड़े लोग है साडियां झंडियां लैके संघर्ष नूं बदनाम करना चाहते हैं। मैं कहना डिस्ट्रिक्ट वाइज असी अपनी लीडरशिप नूं कहदा उन्हां दीआं फोटो पेश करो ते उन्हां एड्रेस मीडिया नूं दसो ते क्लीयर करिए पंजाबियों नूं पता लगे किवें कांग्रेस सरकार जिहड़ी किसानी संघर्ष नूं। मैं उही कहना चाहुंदा कि लॉ एंड ऑर्डर सिचुएशन इन्नी खराब पंजाब च हो गई है, कैप्टन अमरिंदर सिंह जाते जाते पंजाब विच अग लाउणा चाहुंदा है ते वह कितने पंजाबियों नूं बर्दाश्त नहीं होगा। ताइयों असीं कह रहे हैं असीं अपने ते पत्थर झलण नूं तैयार हैं, असीं अपने ते डांगा झलण नूं तैयार हैं, पर मैं वर्करां नूं कहा अमन शांति रखियो क्योंकि आ साजिश असी उन्हां दी कांग्रेस की साजिश ते आ संघर्ष नूं बदनाम करने की साजिश असी लोगों नूं सचेत करना चाहुंदे। जे मैं अज कह रहा जे कोई इत्थे वायलेंस होगी जुम्मवार कैप्टन अमरिंदर सिंह ते केजरीवाल जिन्हें जिहड़ियां दे सुपने नष्ट हो रहे हैं पंजाब की कल्ली इक्को एक पार्टी श्रोमणी अकाली दल दे झंडा इन्ना मजबूत लोग इन्ना साथ दे रहे हैं। मैं धन्यवाद करदा श्रोमणी अकाली दल ते बीएसपी दे वर्करां नूं, मैं 7-8-11 हल्के जाके आया, वर्कर दिन रात मेहनत कर रहे हैं तो वो तूफान देख के साडी पार्टी का आज दोनों पार्टियां घबराइयां बैठियां। मैं वो तो तुसीं उन्हां नूं पुछो ना किहड़ी सियासत की गल कर रहे उन्हें पंजाब कांग्रेस ने पंजाब नूं तां मारिया सिखां नूं मारिया हुण देखो हुण भरावां पिंडां विच भरावां भरावां नूं लड़ाई कराउण ते लगे है। मैं कह रहा वो किसान जथेबंदी का काडर नहीं है, वो किसान जथेबंदी ने आप कहा कि कांग्रेस के आम आदमी पार्टी के लोग है तुसीं उन्हां दे बयान सुनो, तो इस करके वो तो ओबियसली कैप्टन दे ते केजरीवाल दे हुक्म मनणगे। असीं तुहानूं अच्छा उन्हां नूं मैं असीं ताइयों असीं लिस्टां दित्तियां ते मैं इन्ना अपील करदा कि तुसीं कांग्रेस ते आम आदमी पार्टी किसान संघर्ष के मोढ़ियां ते बंदूक ना चलाए। जे मैदाने जंग आना जनता विच जाए पिंडां विच जाण क्योंकि उन्हां नूं वण नहीं दे रहे, इस करके वो इस किसान संघर्ष के मोढ़ियां ते बंदूक चला रहे। मैं उही कह रहा
आ सही गल कह रहे हैं, आ सारी साजिश, क्योंकि कैप्टन ने देख लिया कि राहुल गांधी इन्हू अगला मुख्यमंत्री नहीं बना रहा, वो मोदी साहब ना रल गया कैप्टन, तो कैप्टन ने हूँ फैसला कर लिया कि मैं जाना जिंदा किला है जहाँ अग ला दा कि पांबड़ इतने मचा दा कि लोग कि रौला ही पै जाए, आ साजिश कैप्टन ने हूँ शुरू करती है मोदी ना मिल यार, वो साढ़े परिवार के मैंबर है वो लड़ना चाहना बेटा लड़ना उन्होंने असं छड़े हूँ सैकंड पार्ट जो अच्छा एक हूँ है प्रेस कॉन्फ्रेंस का दूजा है एक आम आदमी पार्टी नू अगली अहम खबर बठिंडा थर्मल प्लांट नाल जुड़ी हुई है। बठिंडा थर्मल प्लांट नू ढाउन दी प्रक्रिया शुरू कर दी गई है। बंद पई यूनिटां दीआं चिमनियां नू ढाया गया। दरअसल सनती पार्क बनाउण दी योजना है सरकार दी। पंजाब सरकार ने सनती पार्क बनाउण दा ऐलान कीता होया है, जिस दी प्रक्रिया हुण शुरू कर दी गई है। दरअसल बठिंडा थर्मल प्लांट वड्डा चर्चा दा विशा बनिया रहा। विरोधी पार्टियां दे वल्लों सरकार नू निशाने ते लिया गया ते हुण बठिंडा थर्मल प्लांट नू ढाउण दी प्रक्रिया शुरू हो चुकी है। प्लांट दी थां ते सरकार ने सनती पार्क बनाउण तों इलावा होर भी कई प्रोजेक्ट इस जगह ते बनाउण दी योजना है। इस दे तहत अज बठिंडा थर्मल प्लांट नू ढाउण दी प्रक्रिया हुण शुरू कर दित्ती गई है। बठिंडा थर्मल प्लांट दीआं चिमनियां उड़ाउण दीआं वीडियो सोशल मीडिया ते वायरल हो रहीआं ने। पुलिस ने एक वड्डे ड्रग सिंडिकेट दा पर्दाफाश करदे हुए 17 किलो हेरोइन दे नाल दो नशा तस्करां नू गिरफ्तार कीता है। पुलिस नू शक है कि यह ड्रग सिंडिकेट जेलां दे विच बंद कुछ नामी गैंगस्टरां दे वल्लों चलाया जा रहा सी। पुलिस ने अंतरराष्ट्रीय बाजार दे विच इस हेरोइन दी कीमत करीब 20 करोड़ रुपए दसी है। IPS अधिकारी अभिमन्यु राणा अते DSP GS नागरा दी अगुवाई दे विच चल रहे इस ऑपरेशन दे विच पिछले करीब 12 दिनां दे विच पुलिस ने 8 समगलरां नू गिरफ्तार कीता है। ਮੈਂ ਜੀ SHO ਕੱਥੂ ਨਗਰ ਲੱਗਾ ਜੀ। ਇਹ ਮਾਮਲਾ ਜਿਹੜਾ ਵਾ ਇਹ ਅਸੀਂ ਹੀਰੋਇਨ ਦੀ ਬਰਾਮਦਗੀ ਕੀਤੀ ਸੀ ਅਤੇ ਇੰਟਰਸਟਿਡ ਬੋਰਡਰ 'ਤੇ ਅਸੀਂ ਬੈਰੀਕੇਡਿੰਗ ਕਰਕੇ ਜਿਹੜਾ ਪਹਿਲੇ ਅਸੀਂ ਕੁੱਲ ਹਾਲ ਦੀ ਅੱਜ ਦੀ ਡੇਟ ਤੱਕ 20 ਕਿਲੋ ਹੀਰੋਇਨ ਦੀ ਜਿਹੜੀ ਅਸੀਂ ਬਰਾਮਦਗੀ ਕਰ ਚੁੱਕੇ ਹਾਂ। ਸਰ ਜਿਹੜੀ 16 ਕਿਲੋ ਕਹਿੰਦੇ ਸੀ ਪਹਿਲੇ ਬਰਾਮਦ ਹੋਈ ਹੈ, 4 ਕਿਲੋ ਗੱਡੀ ਦੇ ਵਿੱਚ ਹੈਗੀ ਸੀ ਮਗਰ ਤੁਹਾਨੂੰ ਲੱਭ ਨਹੀਂ ਪਾਈ ਫਿਰ ਇਹਨਾਂ ਨੇ। ਇਹ ਦੋਸ਼ੀ ਦੇ ਇਨਕਸ਼ਾਫ ਮੁਤਾਬਿਕ ਕੀਤੀ ਹੈ ਜੀ, ਗੱਡੀ ਦੇ ਵਿੱਚ ਵੱਖ ਵੱਖ ਕੈਵਿਟੀ ਬਾਕਸ ਬਣਾਏ ਹੁੰਦੇ ਨੇ ਲੁੱਕਵੇ ਰਖਾਵ ਦੇ, ਜਿਹਨਾਂ ਬਾਰੇ ਆਮ ਬੰਦੇ ਨੂੰ ਜਾਂ ਕਿਸੇ ਦੂਜੇ ਬੰਦੇ ਨੂੰ ਦੇਖਣ ਦੇ ਵਿੱਚ ਨਹੀਂ ਪਤਾ ਲੱਗਦਾ। ਉਹ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਦੇ ਹਿਸਾਬ ਨਾਲ ਰਿਪੋਰਟ ਹੋਈ ਜਾ ਰਹੀ ਸੀ। ਲੈ ਕੇ ਆਉਂਦੇ ਸੀ ਇਹ ਇਹਨਾਂ ਦੇ ਜਿਹੜੇ ਲਿੰਕ ਹੈ ਜੀ, ਉਹ ਜੰਮੂ ਐਂਡ ਸ਼੍ਰੀਨਗਰ ਦੇ ਵਿੱਚ ਕਿਸੇ ਬੰਦਿਆਂ ਦੇ ਨਾਲ ਲਿੰਕ ਜੁੜੇ ਸੀ ਜੀ, ਉਹ ਵੀ ਬੰਦੇ ਅਸੀਂ ਅਰੈਸਟ ਕਰ ਲਏ ਆ, ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਕਿੰਨੇ ਬੰਦੇ ਭਾਈ ਜੀ? ਜੰਮੂ ਦੇ ਵਿੱਚ 2 ਬੰਦੇ ਸੀਗੇ ਜਿਹੜੇ ਮੇਨ ਸਪਲਾਇਰ ਸੀ ਇਹਨਾਂ ਦੇ, ਇੱਕ ਸਿਕੰਦਰ ਸੀ ਅਤੇ ਇੱਕ ਜ਼ਫਰ, ਅਤੇ ਦੋਵਾਂ ਨੂੰ ਮਤਲਬ ਕਿ ਅਰੈਸਟ ਕਰ ਲਿੱਤਾ ਜਾ ਸਕਦਾ ਹੈ, ਕੋਰਟ ਦੇ ਅੱਗੇ ਪੇਸ਼ ਕਰਕੇ ਇਹਨਾਂ ਦੇ ਰਿਮਾਂਡ ਲੈ। ਟੋਟਲ ਸਰ ਕਿੰਨੇ ਬੰਦੇ ਹੈ? ਅੱਜ ਇਹਨਾਂ ਦਾ ਜਿਹੜਾ ਰਿਮਾਂਡ ਹੈਗਾ ਉਹ ਸਾਨੂੰ 4-5 ਦਿਨ ਦਾ ਮਿਲ ਗਿਆ ਜੀ, ਅਤੇ ਜਿਹੜੇ ਟੋਟਲ ਬੰਦੇ ਅੱਜ ਦੀ ਡੇਟ ਵਿੱਚ ਜਿਹੜੇ ਅਰੈਸਟ ਹੋ ਚੁੱਕੇ 8 ਬੰਦੇ ਜਿਹੜੇ ਅਰੈਸਟ ਹੋ ਚੁੱਕੇ ਆ, ਬਾਕੀ ਜਿਹੜੇ ਹੈਗੇ ਨੇ ਨੋਮੀਨੇਟਿਡ ਉਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਏ। ਕਿੰਨੇ ਬੰਦੇ ਆ ਜੀ? ਟੋਟਲ ਦੱਸਿਆ ਤੁਹਾਨੂੰ 8 ਵੀ ਗ੍ਰਿਫਤਾਰ ਕਰ ਚੁੱਕੇ ਹਾਂ, ਬਾਕੀ ਪਾਰਟ ਆਫ ਇਨਵੈਸਟੀਗੇਸ਼ਨ। ਕਿਹੜੀ ਕਿਹੜੀ ਜਗ੍ਹਾ 'ਚ ਵੇਚਦੇ ਸੀ? ਇਹਦੇ ਬਾਰੇ ਨਾ ਮਤਲਬ ਪਤਾ ਕਰ ਰਹੇ ਹਾਂ, ਜਿਹੜੀ ਚੇਨ ਇਹਨਾਂ ਦੀ ਬਣਾਈ ਗਈ ਉਹਦੇ 'ਤੇ ਵਰਕ ਕਰ ਰਹੇ ਹਾਂ, ਅਤੇ ਜਦੋਂ ਵੀ ਕੋਈ ਆਉਂਦੇ ਖੁਲਾਸੇ ਹੋਣਗੇ ਤਾਂ ਤੁਹਾਨੂੰ ਦੱਸੇ ਜਾਣਗੇ। ਹੋਰ ਵੀ ਬੰਦੇ ਆਉਣ ਦੀ ਹੋ ਗਈ ਹੈਗੀ ਸਰ? ਬਿਲਕੁਲ, ਜਿਹਨਾਂ ਦਾ ਪੂਰਾ ਨੈਕਸਸ ਹੈ ਉਹ ਜੋ ਜੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਲੱਗੀ ਜਾਏਗਾ ਪਤਾ ਉਸ ਹਿਸਾਬ ਨਾਲ ਚੱਲੀ ਜਾ ਰਿਹਾ। ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਜਿਹੜੇ ਸਾਈਬਰ ਦੇ ਮਿਸਾਈਲ ਦੇ ਹੈਲਪ ਦੇ ਨਾਲ ਜਿਹੜੇ ਫੋਨ ਦੇ ਥਰੂ ਜਿਹੜੇ ਕੰਟੈਕਟ ਨੇ ਉੱਥੋਂ ਪਤਾ ਲੱਗੇਗਾ। ਸਰ ਮੇਨ ਮੋਟਿਵ ਜਿਹੜਾ ਜਿਹੜਾ ਇਹਨਾਂ ਨੂੰ ਸਾਰੀ ਸਾਨੂੰ ਜਿਹੜਾ ਸਾਡੇ ਕੇਸ ਦੇ ਵਿੱਚ ਜਿਹੜਾ ਮੇਨ ਓਰੀਜਨ ਜਿਹੜਾ ਸੋਰਸ ਸੀ ਉਹ ਤੇ ਜੰਮੂ ਐਂਡ ਕਸ਼ਮੀਰ ਤੋਂ ਜਿਹੜਾ ਆ ਰਹੀ ਸੀ ਸਪਲਾਈ ਬਸ ਉਹ ਨਹੀਂ। ਪੰਜਾਬ ਸਰਕਾਰ ਨੇ COVID-19 ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਨਿਰਦੇਸ਼ 15 ਸਤੰਬਰ ਤੱਕ ਜਾਰੀ ਕੀਤੇ ਗਏ ਨੇ। ਇਹਨਾਂ ਦੇ ਮੁਤਾਬਿਕ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕ, ਚਾਹੇ ਉਹ ਸੜਕ ਰਾਹੀਂ ਪੰਜਾਬ ਆ ਰਹੇ ਹੋਣ ਜਾਂ ਹਵਾਈ ਸਫ਼ਰ ਦੇ ਰਾਹੀਂ, ਉਹਨਾਂ ਨੂੰ 72 ਘੰਟਿਆਂ ਦੇ ਅੰਦਰ RT-PCR ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਏਗੀ। ਇਸ ਤੋਂ ਇਲਾਵਾ ਜੇ ਕਿਸੇ ਨੇ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਨੇ ਤਾਂ ਉਹ ਉਸ ਨੂੰ ਵਿਖਾ ਸਕਦਾ ਹੈ। ਇਸ ਤੋਂ ਪਹਿਲਾਂ ਇਕੱਠ 'ਤੇ ਵੀ ਪਾਬੰਦੀ ਲਗਾਈ ਗਈ ਸੀ, ਪਰ ਹੁਣ ਇਨਡੋਰ 150 ਲੋਕ ਅਤੇ ਬਾਹਰ 300 ਲੋਕ ਇਕੱਠੇ ਹੋ ਸਕਦੇ ਨੇ। ਜਿਮ, ਸਿਨੇਮਾ, ਰੈਸਟੋਰੈਂਟ 50% ਸਮਰੱਥਾ ਦੇ ਨਾਲ ਖੁੱਲ੍ਹੇ ਰਹਿ ਸਕਦੇ ਨੇ।
ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬਣਦਾ ਮਾਨ ਸਨਮਾਨ ਦੇਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਸਕੱਤਰ ਨੇ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਬੁਲਾਰੇ ਦੇ ਅਨੁਸਾਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਆਂਗਨਵਾੜੀ ਸੈਂਟਰ ਚੱਲ ਰਹੇ ਨੇ ਅਤੇ ਆਂਗਨਵਾੜੀ ਵਰਕਰਾਂ ਦੇ ਵੱਲੋਂ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਦਾਖਲੇ ਵਧਾਉਣ ਦੇ ਲਈ ਪ੍ਰਭਾਵੀ ਭੂਮਿਕਾ ਨਿਭਾਈ ਜਾ ਰਹੀ ਹੈ। ਸਕੂਲ ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਨਾਲ ਤਾਲਮੇਲ ਕਰਨ ਅਤੇ ਉਹਨਾਂ ਨਾਲ ਮਿਲਵਰਤਨ ਦੀ ਭਾਵਨਾ ਪੈਦਾ ਕਰਨ ਵਾਸਤੇ ਹਦਾਇਤ ਦਿੱਤੀ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਵਿੱਚ ਬੁਖਾਰ ਪੀੜਤਾਂ ਦੀ ਗਿਣਤੀ ਦੇ ਵਿੱਚ ਅਚਾਨਕ ਵਾਧੇ ਕਾਰਨ ਚਿੰਤਾ ਵੱਧ ਗਈ ਹੈ। ਫਿਰੋਜ਼ਾਬਾਦ ਦੇ ਵਿੱਚ ਬੁਖਾਰ ਸੰਬੰਧੀ ਸਥਿਤੀ ਗੰਭੀਰ ਹੈ ਕਿਉਂਕਿ ਮ੍ਰਿਤਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚੇ ਨੇ। ਫਿਰੋਜ਼ਾਬਾਦ ਦੇ ਵਿੱਚ ਬੁਖਾਰ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਇੱਕ ਹਫ਼ਤੇ ਦੇ ਵਿੱਚ ਵੱਧ ਕੇ 50 ਦੇ ਕਰੀਬ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ 6 ਲੋਕਾਂ ਦੇ ਮਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਬੁਖਾਰ ਤੋਂ ਪੀੜਤ 400 ਤੋਂ ਵੱਧ ਮਰੀਜ਼ਾਂ ਨੂੰ ਲਖਨਊ ਦੇ ਕਈ ਸਰਕਾਰੀ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਹੈ। ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਪੀੜਤਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਮਹੱਤਵਪੂਰਨ ਹੈ। ਹਾਲ ਹੀ ਦੇ ਵਿੱਚ SMO ਦੇ ਤਬਾਦਲੇ ਅਤੇ ਫਿਰੋਜ਼ਾਬਾਦ ਦੇ ਵਿੱਚ ਮਾਹਰ ਡਾਕਟਰਾਂ ਦੀ ਟੀਮ ਦੀ ਤਾਇਨਾਤੀ ਤੋਂ ਬਾਅਦ ਹੁਣ 3 ਡਾਕਟਰਾਂ ਨੂੰ ਮੁਅੱਤਲ ਕਰਨ ਦਾ ਕਦਮ ਚੁੱਕਿਆ ਗਿਆ ਹੈ। ਹਾਲ ਹੀ ਵਿੱਚ CM ਯੋਗੀ ਆਦਿੱਤਿਆਨਾਥ ਨੇ ਦੌਰਾ ਕੀਤਾ ਸੀ। ਅਹਿਮ ਖਬਰ ਪੰਜਾਬ ਦੇ ਮੁਸਾਫਰਾਂ ਦੇ ਨਾਲ ਜੁੜੀ ਹੋਈ ਹੈ। ਇੱਕ ਪਾਸੇ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਧਰਨਿਆਂ ਦਾ ਦੌਰ ਜਾਰੀ ਹੈ, ਉੱਥੇ ਹੀ 6 ਸਤੰਬਰ ਤੋਂ ਪਨ ਬੱਸ ਅਤੇ PRTC ਕਰਮਚਾਰੀਆਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਸਰੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਹੜਤਾਲ ਨੂੰ ਲੈ ਕੇ ਸਰਕਾਰ ਸਖ਼ਤ ਹੁੰਦੀ ਵਿਖਾਈ ਦੇ ਰਹੀ ਹੈ। ਚੋਣਾਂ ਨਜ਼ਦੀਕ ਨੇ ਅਤੇ ਸਰਕਾਰ ਜਨਤਾ ਦਾ ਰੋਸ ਚੱਲਣ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਜਨਤਾ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ। ਸਰਕਾਰ ਤੇ ਟਰਾਂਸਪੋਰਟ ਮੰਤਰੀ ਦੇ ਵਾਅਦਿਆਂ ਤੋਂ ਅੱਕੇ PRTC ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਦੇਖਦਿਆਂ ਰੋਡਵੇਜ਼ ਅਤੇ PRTC ਮੈਨੇਜਮੈਂਟ ਦੇ ਵੱਲੋਂ ਠੇਕੇ ਤੇ ਰੱਖੇ ਗਏ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ। ਇਹਨਾਂ ਦੇ ਵਿੱਚ ਸਰਵਿਸ ਖਤਮ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਤਾਂ ਜੋ ਹੜਤਾਲ ਨੂੰ ਰੱਦ ਕਰਾਇਆ ਜਾ ਸਕੇ। ਇਸ ਦੇ ਨਾਲ ਆਊਟਸੋਰਸਿੰਗ ਵਾਲੀ ਕੰਪਨੀ ਨੂੰ ਵੀ ਨੋਟਿਸ ਜਾਰੀ ਕਰਕੇ ਕਰਮਚਾਰੀਆਂ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਬੱਸਾਂ ਦੀ ਆਵਾਜਾਈ ਠੀਕ ਢੰਗ ਦੇ ਨਾਲ ਚਲਾ ਕੇ ਜਨਤਾ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ।